ਜਿੰਨਾ ਭੈਣ ਭਰਾਵਾ ਕੋਲ ਯੂਰਪ ਦੇ 5 ਸਾਲ ਵਾਲੇ ਕਾਰਡ ਆ ਜਾਂ ਖੁੱਲੇ ਪੇਪਰ ਆ ਯੂਰਪ ਦੇ ਤੇ ਉਹ ਜਰਮਨੀ ਚ ਆ ਕੇ ਆਪਣੇ ਪੇਪਰ ਚੇਂਜ ਕਰਵਾਉਣਾ ਚਾਹੁੰਦੇ ਆ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਆ ਜਾਂ ਕੋਈ ਬੰਦਾ ਰੈਸਟੋਰੈਂਟ ਚ ਆ ਕੇ ਕੰਮ ਕਰਨਾ ਚਾਹੁੰਦਾ ਆ ਕੋਈ ਕੁਕਿੰਗ ਦਾ ਕੰਮ ਕਰਨਾ ਚਾਹੁੰਦਾ ਆ ਪਿੱਜ਼ਾ ਬੇਕਰ ਆ ਪਿੱਜ਼ੇ ਦਾ ਕੰਮ ਕਰਨਾ ਚਾਹੁੰਦਾ ਆ ਜਾਂ ਕੋਈ ਬੰਦਾ ਆਪਣਾ ਡਿਲੀਵਰੀ ਦਾ ਕੰਮ ਕਰਨਾ ਚਾਹੁੰਦਾ ਆ ਜਿਹਦੇ ਕੋਲ ਲਾਇਸੈਂਸ ਹੈਗਾ ਆ ਤੇ ਉਹਨਾਂ ਨੂੰ ਪੇਪਰ ਚੇਂਜ ਕਰਵਾਉਣੇ ਆ ਇੱਥੇ ਆ ਕੇ ਤੇ ਮੈਨੂੰ ਇੱਕ ਰਵੀ ਭਾਜੀ ਨੇ ਉਹਨਾਂ ਨੇ ਆਪਣਾ ਇੰਸਟਾਗ੍ਰam ਤੇ ਇੱਕ ਰਿਕਵੈਸਟ ਸੈਂਡ ਕੀਤੀ ਸੀਗੀ ਮੈਂ ਪਰਸਨਲੀ ਤਾਂ ਭਾਜੀ ਨੂੰ ਨਹੀਂ ਜਾਣਦਾ ਸੋ ਤੁਸੀਂ ਉਹਨਾਂ ਦਾ ਮੈਂ ਨੰਬਰ ਬੋਲ ਦਿੰਦਾ ਆ ਤੇ ਤੁਸੀਂ ਫੋਨ ਕਰਨ 'ਚ ਕੋਈ ਹਰਜ ਨਹੀਂ ਹੈਗਾ ਤੁਸੀਂ ਫੋਨ ਕਰ ਲਿਓ ਜੇ ਤੁਹਾਨੂੰ ਚੰਗਾ ਲੱਗੇ ਤੁਸੀਂ ਅਗਲੀ ਗੱਲਬਾਤ ਉਹਨਾਂ ਨਾਲ ਕਰ ਸਕਦੇ ਹੋ ਤੇ ਬਾਕੀ ਜੇ ਨਾ ਚੰਗਾ ਲੱਗੇ ਤਾਂ ਤਾਂ ਵੀ ਰਹਿਣ ਦਿਓ ਠੀਕ ਹੈ ਜੀ ਤੇ ਮੇਰੀ ਡਿਊਟੀ ਲਈ ਆ ਤੇ ਮੈਂ ਸੋਚਦਾ ਆ ਚਲੋ ਕਿਸੇ ਭੈਣ ਭਰਾ ਦਾ ਚਲੋ ਹੈਲਪ ਹੋ ਜਾਵੇ ਫਾਇਦਾ ਹੋ ਜਾਵੇ ਬਾਕੀ ਤੁਸੀਂ ਆਪ ਗੱਲ ਕਰ ਲਿਓ ਮੈਂ ਨੰਬਰ ਪਾਜੀ ਦਾ ਬੋਲ ਦਿੰਨਾ ਆ ਚੰਗਾ ਲੱਗੇ ਤਾਂ ਅੱਗੇ ਵਧਿਓ ਨਹੀਂ ਤਾਂ ਰਹਿਣ ਦਿਓ ਠੀਕ ਹੈ ਜੀ ਬਾਜੀ ਦਾ ਨੰਬਰ ਹੈਗਾ ਆ 0049 ਜੇ ਆਪਾਂ ਬਾਹਰੋਂ ਫੋਨ ਲਾਈਏ 004915218123347 ਠੀਕ ਹੈ ਜੀ ਤੇ ਜੇ ਆਪਾਂ ਜਰਮਨ ਚੋਂ ਫੋਨ ਲਾਈਏ 015218123347 ਠੀਕ ਹੈ ਜੀ ਤੇ ਮੈਂ ਦੁਬਾਰਾ ਰਿਪੀਟ ਕਰ ਦਨਾਂ ਆ 004915218123347 ਤੇ ਜੇ ਆਪਾਂ ਜਰਮਨੀ ਚੋਂ ਲਾਣਾ ਆ ਤੇ ਸਿੱਧਾ ਹੀ 015218123347 ਠੀਕ ਹੈ ਜੀ ਤੇ ਤੁਸੀਂ ਫੋਨ ਕਰਨ ਚ ਕੋਈ ਹਰਜ ਨਹੀਂ ਹੈਗਾ ਹਨ ਤੇ ਹੋ ਸਕਦਾ ਆ ਬੰਦਾ ਕੰਮ ਆ ਜਾਵੇ ਤੇ ਤੁਸੀਂ ਫੋਨ ਕਰ ਸਕਦੇ ਹੋ ਸ਼ਾਇਦ ਉਹਨਾਂ ਦਾ ਵਟਸਐਪ ਨੰਬਰ ਵੀ ਚੱਲਦਾ ਹੋਵੇ ਮੈਨੂੰ ਨਹੀਂ ਪਤਾ ਤੇ ਤੁਸੀਂ ਗੱਲ ਕਰ ਸਕਦੇ ਹੋ ਫੋਨ ਕਰਨ ਚ ਕੋਈ ਖਰਚ ਨਹੀਂ ਸ਼ਾਇਦ ਕਿਸੇ ਦੇ ਕੋਈ ਬੰਦਾ ਕੰਮ ਆ ਜਾਵੇ ਜੇ ਨਾ ਬੰਦਾ ਰਿਸਪੌਂਸ ਦੇਵੇ ਤਾਂ ਵੀ ਰਹਿਣ ਦਿਓ ਚਲੋ ਸਾਡੀ ਕਿਸੇ ਨੇ ਡਿਊਟੀ ਲਈ ਆ ਤੇ ਆਪਾਂ ਉਹ ਗੱਲ ਨਾ ਹੋਵੇ ਕਿ ਆਪਾਂ ਕਿਸੇ ਨੂੰ ਕਿਹਾ ਯਾਰ ਗੋ ਤੇ ਗੱਲ ਹੀ ਨਹੀਂ ਗੋਲਦਾ ਮੈਂ ਸੋਚਿਆ ਚਲ ਮੈਂ ਵੀਡੀਓ ਪਾ ਦਣਾ ਆ ਬਾਕੀ ਜੀ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਤੁਹਾਡਾ ਲਵ ਸਿੰਘ ਹਮਦਰਦ ਤੋਂ ਮਾਫੀ ਚਾਹੁੰਦਾ ਹੈ ਜੀ ਦੋਵੇਂ ਹੱਥ ਜੋੜ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਜੁਣਦੇ ਬਸਤੇ ਰਹੋ